ਹੁਣ ਜਦੋਂ ਕਿ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਕਿ ਤੁਸੀਂ ਠੀਕ ਬੰਦੇ ਖੜੇ ਨੇ ਸਾਡੀ ਪੁਲਿਸ ਪ੍ਰੋਫੈਸ਼ਨਲੀ ਇੱਕ ਨਲਾਇਕ ਪੁਲਿਸ ਹੈ ਉਹਨਾਂ ਕੋਲ ਜਿਹੜਾ ਸਬੂਤ ਇਕੱਠੇ ਕਰਨ ਦਾ ਰਸਤਾ ਹਲੇ ਵੀ ਟੌਰਚਰ ਹੀ ਹੈ ਸ਼ਾਰਟਕਟ ਤਰੀਕਾ ਇਹ ਹੈ ਕਿ ਤੁਸੀਂ ਦੇਸ਼ ਦੀ ਜਿਹੜੀ ਗੁੱਸੇ ਨੂੰ ਸ਼ਾਂਤ ਕਰਨ ਲਈ ਕਿਸੇ ਵੀ ਚਾਰ ਬੰਦਿਆਂ ਨੂੰ ਗੋਲੀ ਮਾਰ ਦਿਓ ਤੇਲਗਾਨਾ ਪੁਲਿਸ ਕੋਈ ਬਹੁਤ ਬਦਨਾਮ ਪੁਲਿਸ ਹੈ ਫੇਕ ਇਨਕਾਊਂਟਰ ਦੇ ਮਾਮਲੇ ਸਭ ਤੋਂ ਜ਼ਿਆਦਾ ਜਜਮੈਂਟ ਫੇਕ ਇਨਕਾਊਂਟਰ ਦੇ ਸਾਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਆਉਂਦੀ ਹੈ ਮਾੜਾ ਕ੍ਰਾਈਮ ਹੋਵੇ ਜਿੰਨਾ ਮਰਜ਼ੀ ਬਲਾਤਕਾਰ ਤਾਂ ਸਾਨੂੰ ਅਸਲੀ ਬੰਦੇ ਤੋਂ ਪਕੜਨੇ ਹੋਣੇ ਚਾਹੀਦੇ ਨਾ ਅਸਲੀ ਮੁਜਰਮਾਂ ਨੂੰ ਮਾਰਨਾ ਵੀ ਤਾਂ ਮਰਡਰ ਹੈ ਉਹਨਾਂ ਨੂੰ ਫਾਂਸੀ ਚੜਾਉਣਾ ਕਾਨੂੰਨ ਦੇ ਮੁਤਾਬਿਕ ਹੈ ਖਤਰਾ ਪੈਦਾ ਹੋ ਗਿਆ ਅੱਗੇ ਲਿੰਚਿੰਗ ਹੁੰਦੀ ਸੀ ਇਹ ਕਾਨੂੰਨ ਦੀ ਲਿੰਚਿੰਗ ਹੈ ਕਾਨੂੰਨ ਦੇ ਤਰੀਕੇ ਪੁਲਿਸ ਨੇ ਲਿੰਚਿੰਗ ਕੀਤੀ ਹੈ ਐਜ਼ ਅ ਟ੍ਰੇਨ ਲਾਅ ਨੂੰ ਸਾਨੂੰ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਉਹੋ ਜਿਹੇ ਨਲਾਇਕ ਪੁਲਿਸ ਆਂਧਰਾ ਪ੍ਰਦੇਸ਼ ਦੀ ਇੰਨੀ ਜਲਦੀ ਕ੍ਰਾਈਮ ਸੋਲਵ ਕਰ ਲਏ ਜੋ ਤੁਸੀਂ ਚੰਗੇ ਕਾਮਰੇਡ ਅਫਸਰਾਂ ਦੀ ਡਿਊਟੀ ਲਾਉਂਦੇ ਹੋ ਜਦੋਂ ਤੁਸੀਂ ਇੱਦਾਂ ਦੇ ਔਖੇ ਕੇਸ ਵਿੱਚ ਸਬੂਤ ਪੈਦਾ ਕਰਕੇ ਕੋਰਟ ਨੂੰ ਕਨਵਿੰਸ ਕਰਕੇ ਦੇਸ਼ ਨੂੰ ਕਨਵਿੰਸ ਕਰਕੇ ਫਾਂਸੀ ਲਾਉਂਦੇ ਹੋ ਉਹ ਹੁੰਦੀ ਕੁਐਸਟ ਫਾਰ ਜਸਟਿਸ ਕਿਸੇ ਨੇ ਕੋਈ ਟਾਈਮ ਨਹੀਂ ਹੈ ਦੇਖਣ ਦਾ ਕਿ ਅਸਲੀ ਬੰਦਾ ਕੌਣ ਆ ਇਹ ਮੁਜਰਮ ਹੈ ਕਿ ਨਹੀਂ ਕੋਈ ਨਹੀਂ ਦੱਸਿਆ ਦੇਸ਼ ਨੂੰ ਕਿ ਕਿਹੜਾ ਸਾਇੰਟਿਫਿਕ ਐਵੀਡੈਂਸ ਨਾਲ ਤੁਸੀਂ ਜੋੜਿਆ ਉਹਨਾਂ ਚਾਰ ਬੰਦਿਆਂ ਨੂੰ ਇਸ ਬਹੁਤ ਘਟੀਆ ਔਰ ਬਹੁਤ ਹੋਰੀਫਿਕ ਕ੍ਰਾਈਮ ਨਾਲ ਦਾ ਹਾਰਡਕੋਰ ਕ੍ਰਿਮੀਨਲ ਦਾ ਆਰਗੇਨਾਈਜ਼ਡ ਕ੍ਰਿਮੀਨਲ ਹੁੰਦੇ ਆ ਉਹਨਾਂ ਨੂੰ ਪਕੜਨਾ ਆਸਾਨ ਨਹੀਂ ਹੁੰਦਾ ਦਾ ਫੈਕਟ ਕਿ ਉਹਨਾਂ ਨੂੰ ਪਤਾ ਸੀ ਕਿ ਬਾਡੀ ਨੂੰ ਜਲਾਉਣਾ ਐਵੀਡੈਂਸ ਖਤਮ ਹੁੰਦਾ ਉਹ ਹਾਰਡਕੋਰ ਕ੍ਰਿਮੀਨਲ ਹੋਣਗੇ ਉਹ ਬਚ ਕੇ ਲੱਗਦੇ ਨੇ ਤੁਸੀਂ ਇੱਕ ਵਾਰੀ ਹੋਰ ਤੁਸੀਂ ਕ੍ਰਾਈਮ ਨੂੰ ਸੋਲਵ ਤਾਂ ਕੀ ਕਰਨਾ ਤੁਸੀਂ ਚਾਰ ਹੋਰ ਕ੍ਰਾਈਮ ਕਰਤੇ ਸਾਰੀ ਦੁਨੀਆ ਕਵੇ ਕਿ ਇਹਨੂੰ ਫਾਂਸੀ ਦੇ ਦਿਓ ਹੁਣੇ ਦੇ ਦਿਓ ਜਦ ਤੱਕ ਤੁਹਾਡਾ ਜੁਡੀਸ਼ੀਅਲ ਪ੍ਰੋਸੈਸ ਜੁਡੀਸ਼ੀਅਲ ਤਰੀਕੇ ਨਾਲ ਤੁਸੀਂ ਐਵੀਡੈਂਸ ਪੇਸ਼ ਕਰਕੇ ਸਾਇੰਟੀਫਿਕਲੀ ਇੱਕ ਇੰਪਾਰਸ਼ਲ ਬੰਦੇ ਨੂੰ ਸਮਝਾਉਂਦੇ ਨਹੀਂ ਕਨਵਿੰਸ ਨਹੀਂ ਕਰਦੇ ਕਿ ਇਹਨੇ ਕ੍ਰਾਈਮ ਕੀਤਾ ਉਹ ਤੱਕ ਇਹ ਜ਼ੁਲਮ ਹੀ ਹੈ ਤੁਸੀਂ ਜੇ ਇੰਨੀ ਇਹ ਅੱਛੀ ਚੀਜ਼ ਹੈ ਤੁਸੀਂ ਰਾਜੀਵ ਗਾਂਧੀ ਦੇ ਮਰਡਰ ਨੂੰ ਫਟਾਫਟ ਮਾਰ ਕੇ ਗੋਲੀ ਕਿਉਂ ਨਹੀਂ ਮਾਰੀ ਉਦੋਂ ਰਾਜੀਵ ਗਾਂਧੀ ਦੇ ਮਰਡਰ ਤੁਸੀਂ ਨਹੀਂ ਚਾਹੁੰਦੇ ਸੀ ਸਰਕਾਰ ਕਿ ਕੋਈ ਹੋਰ ਨੂੰ ਫੜ ਲਈਏ ਉਹ ਚਾਹੁੰਦੇ ਸੀ ਕਿ ਇਹਨੇ ਅਸਲੀ ਮਾਰਿਆ ਉਹਨੂੰ ਪੜੀਏ ਉਹਨੂੰ ਜੜ ਜਾਈਏ ਤਾਂ ਕਿ ਅਸੀਂ ਤਾਂ ਸੇਫ ਹੋਈਏ ਇਸ ਮੁਲਕ ਦੀ 70 ਸਾਲ ਦੀ ਹਿਸਟਰੀ ਇਹ ਹੈ ਕਿ ਪੁਲਿਸ ਇੱਕ ਕਰਪਟ ਫੋਰਸ ਬਣ ਚੁੱਕੀ ਹੈ ਪੁਲਿਸ ਕੰਟਰੈਕਟ ਕਿਲਰ ਬਣ ਚੁੱਕੀ ਹੈ ਪੁਲਿਸ ਨੇ ਅਲੱਗ ਅਲੱਗ ਦੇਸ਼ ਦੇ ਹਿੱਸਿਆਂ ਦੇ ਅੰਨੇ ਵਾਰ ਮਾਰੇ ਲੋਕਾਂ ਨੂੰ ਚੁੱਕ ਚੁੱਕੇ ਜੋ ਵੀ ਚਾਹੁੰਦੀ ਹੈ ਸਰਕਾਰ ਉਹ ਕਰ ਦਿੰਦੀ ਹੈ ਉਹਨਾਂ ਦੇ ਅਪੋਨੈਂਟਸ ਮਾਰੇ ਆਪੋਜੀਸ਼ਨ ਲੀਡਰ ਮਾਰੇ ਹੈ ਇਹ ਕੋਈ ਤਰੀਕਾ ਨਹੀਂ ਹੈ ਇਹਦੇ ਨਾਲ ਕਿਸੇ ਦੇਸ਼ ਨੇ ਕਦੀ ਕ੍ਰਾਈਮ ਖਤਮ ਨਹੀਂ ਕੀਤਾ ਇਹਦੇ ਨਾਲ ਕਦੀ ਵੀ ਬਲਾਤਕਾਰ ਖਤਮ ਨਹੀਂ ਹੋਣਗੇ ਇਸ ਮੁਲਕ ਵਿੱਚ ਇਹ ਤਰੀਕਾ ਇੰਨਾ ਸ਼ਾਰਟਕਟ ਹੈ ਕਿ ਇੱਕ ਵੱਡੇ ਕ੍ਰਾਈਮ ਨੂੰ ਜਨਮ ਦੇ ਰਿਹਾ ਜੇ ਇਹ ਬਲਾਤਕਾਰ ਇਹਨੂੰ 15 ਦਿਨ ਦੇ ਵਿੱਚ ਆਪਾਂ ਟ੍ਰਾਇਲ ਦੇ ਕੇ ਫਾਂਸੀ ਤੇ ਚੜਾ ਦਿੰਦੇ ਤਾਂ ਮੈਨੂੰ ਖੁਸ਼ੀ ਹੋਣੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਨਮੋ ਵਧਾਏ ਜਮਨ ਵਾਸਤ ਸਲਾਮ ਅਲੈਕੁਮ ਸਾਥੀਓ ਵਾਇਸ ਆਫ ਮਾਨਵਤਾ ਟੀਵੀ ਪਰ ਆਪ ਸਭੀ ਕਾ ਸਵਾਗਤ ਹੈ ਮੈਂ ਮੇਘਰਾਜ ਸਿੰਘ USA ਸੇ ਹਮ ਬਾਤ ਕਰਾਂਗੇ ਆਜ ਕਿ ਜੋ ਹੈਦਰਾਬਾਦ ਮੇਂ ਜੋ ਐਨਕਾਊਂਟਰ ਕੀਆ ਗਿਆ ਹੈ ਇਸ ਪਰ ਹਮ ਬਹੁਤ ਸਾਰੇ ਸਵਾਲ ਖੜੇ ਕਰ ਸਕਤੇ ਹੈ ਔਰ ਹਮ ਕਰੇਂਗੇ ਵੀ ਸਵਾਲ ਕਿਉਂਕਿ ਇਹ ਮਾਨਵਤਾ ਕੀ ਬਾਤ ਹੈ ਜੋ ਲੋਕ ਬੇਗੁਨਾਹੋਂ ਕੋ ਮਾਰ ਦੇਤੇ ਹੈ तो कुछ हम बाद में बात करेंगे अपने इसमें टॉपिक के ऊपर लेकिन पहले हम आपको एक वीडियो आई हमारे सामने जो वकील का इंटरव्यू लिया है तो वॉइस ऑफ खालसा पर उसको इंटरव्यू चला है तो उसको हम दिखाना चाहते हैं जी मैं गुरशमशीर से औरत के खिलाफ हिंसा मुड़ तो रही है चाहे आप 47 की वंड देखते हैं 1984 के सिख विरोधी कतलेआम देखते हैं 2002 ਦੇ ਵਿੱਚ ਗੁਜਰਾਤ ਦੇ ਵਿੱਚ ਜੋ ਹੋਇਆ ਮੁਸਲਿਮਸ ਦੇ ਖਿਲਾਫ ਉਹਦੇ ਵਿੱਚ ਜਿਹੜੀ ਔਰਤ ਦੇ ਖਿਲਾਫ ਹਿੰਸਾ ਅਤੇ ਅਦਰਵਾਈਜ਼ ਜੋ ਸੈਕਸ਼ੂਅਲ ਹਿੰਸਾ ਦਾ ਸ਼ਿਕਾਰ ਔਰਤ ਨੂੰ ਲਗਾਤਾਰ ਹੋਣਾ ਪੈਂਦਾ 2012 ਦੇ ਅਖੀਰ ਦੇ ਵਿੱਚ ਇੱਕ ਦਾਮਿਨੀ ਰੇਪ ਕੇਸ ਹੁੰਦਾ ਤਾਂ ਉਸ ਤੋਂ ਬਾਅਦ ਪੂਰਾ ਮੁਲਕ ਝੰਝੋੜਿਆ ਜਾਂਦਾ ਜਸਟਿਸ ਵਰਮਾ ਕਮੇਟੀ ਰਿਪੋਰਟ ਬਣਦੀ ਹੈ ਨਵੇਂ ਸਖ਼ਤ ਕਾਨੂੰਨ ਬਣਾਏ ਜਾਂਦੇ ਨੇ ਕਿ ਤਾਂ ਕਿ ਔਰਤ ਦੀ ਹਿੰਸਾ ਨੂੰ ਨੱਥ ਪਾਈ ਜਾ ਸਕੇ ਪਰ ਇਹ ਜੋ ਘਟਨਾਵਾਂ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਹਵਾਲਾ ਕੁਝ ਦਿਨ ਪਹਿਲਾਂ ਹੈਦਰਾਬਾਦ ਦੇ ਵਿੱਚ ਇੱਕ ਵੈਟਨਰੀ ਡਾਕਟਰ ਨੂੰ ਜੋ ਕਿ ਘਰ ਵਾਪਸ ਜਾ ਰਹੀ ਸੀ ਰਾਤ ਹੋਣ 'ਤੇ ਉਸ ਵੱਲੋਂ ਜਦੋਂ ਕੁਛ ਨੌਜਵਾਨਾਂ ਨੂੰ ਮਦਦ ਦੇ ਵਾਸਤੇ ਰੋਕਿਆ ਗਿਆ ਤਾਂ ਉਹਨਾਂ ਨੌਜਵਾਨਾਂ ਨੇ ਮਦਦ ਦੀ ਬਜਾਏ ਉਸ ਵੈਟਨਰੀ ਡਾਕਟਰ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਅਤੇ ਸਾੜ ਦਿੱਤਾ ਤਾਂ ਇਸ ਤੋਂ ਬਾਅਦ ਕਾਫੀ ਜ਼ਿਆਦਾ ਬਵਾਲ ਮੁਲਕ ਦੇ ਵਿੱਚ ਮੁੜ ਤੋਂ ਪੈਦਾ ਹੋਇਆ ਅਤੇ ਲਗਾਤਾਰ ਇਹ ਕਿਹਾ ਜਾਣ ਲੱਗਾ ਕਿ ਇਹਨਾਂ ਦੇ ਖਿਲਾਫ ਜੋ ਇਸ ਕਿਸਮ ਦੇ ਅਪਰਾਧੀ ਨੇ ਸਖ਼ਤ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਤਾਂ ਇਹ ਰੌਲਾ ਰੱਪਾ ਹਾਲੇ ਪੈ ਹੀ ਰਿਹਾ ਸੀ ਕਿ ਅੱਜ ਸਵੇਰੇ
एक खबर पूरे नैशनल मीडिया दे विच छा जांदी है। उस कहा जाता है कि जो कथित दोषी सीगे इस बलात्कार दे उन्होंने पुलिस कस्टडी दे विचों भजन की कोशिश की, तो उस तो बाद एक इनकाउंटर दे विच पुलिस जो तेलंगाना की पुलिस है उन्होंने वालों इन्हों अपराधियों कथित अपराधियों मार दिता गया इनकाउंटर दे विच। तो इस इनकाउंटर तो बाद लगातार अलग अलग किस्म के प्रतिक्रम आ रहे हैं, जिथे बहुत वड्डे हिस्से दे विच मीडिया के बहुत वड्डे हिस्से इसनों सैलीब्रेट किया जा रहा, लोगों दी बाइट्स लिया जा रही ने, जिस लोग ये गल कह रहे हैं कि बहुत वधिया किया गया, जस्टिस दिता गया, बहुत जल्द दिता गया। इस तरह ही यूपी दे जो BSP दे लीडर ने मायावती, उन्होंने कहा कि जो यूपी दी पुलिस है उन्होंने हैदराबाद दी पुलिस तो सीखना चाहिए। केजरीवाल ने कहा कि यह जो ट्रेंड है वह दूसरे सूबों की पुलिस के वास्ते गलत मिसाल बन सकता है। इस सारे दे विच कानूनी पक्ष की है, कानूनी पक्ष की है, इहदे चंगे माड़े पक्ष की ने, तो इस जस्टिस डिलीवरी सिस्टम के लिए इसके की मायने ने, पुलिस का जिहड़ा वर्किंग प्रोफेसनलिज्म है उस दे लिए इसके की मायने ने। आपां इन्हां सारियां गल्लां लई ते गलबात करांगे। साडे नाल ने ह्यूमन राइट्स लॉयर राजविंदर सिंह बैंस, जिहड़े कि पंजाब दे विच जदों इह कथित इनकाउंटर्स का जिहड़ा फेस चलिया सी उस तो लैके इन्हां केसां दे नाल लगातार जुड़े रहे ने, ते पुलिस की जो कार्य प्रणाली है इन्हां मामलों दे विच उसनूं बड़े नेड़े देख चुके ने। आपां इहनां नाल गलबात करदे हां कि कानून के हवाले नाल, इंसाफ के हवाले नाल इस जो घटनाक्रम होया उहदे की मायने ने। सर तुहाडा स्वागत है। शुक्रिया जी। सर जो ये आप जो देखिया हैदराबाद पुलिस का जो अच्छ खबर आया कि वो उन्होंने जो अक्यूज ने उन्होंने इनकाउंटर कर दिता गया, तो तुम इस सारे प्रकरण कि देखते हो? देखो जो सख्त आप कानून बनाने सजावं देने तो आप अज्यूम करते हैं कि कानून के मुताबिक सज़ा मिलेगी। जे इन्हों कात जे ये बलात्कार 15 दिन के आप ट्रायल दे के फांसी दे चढ़ा देंगे तो मैंने खुशी होनी सी। हूँ जदों कि उन्होंने गोली मार दी गई, बहुत बड़ा सवाल पैदा होता कि तुसी ठीक बंदे फड़े ने। साड़ी पुलिस प्रोफेशनली एक नलायक पुलिस है, साड़ी पुलिस प्रोफेशनली बहुत कॉम्पिटेंट पुलिस नहीं मनी जाती। उन्हां कोल जिहड़ा सबूत इकट्ठे करन दा रस्ता हले भी टॉर्चर ही है, कुट मार के रिकवरियां दिखा देंदे ने, फिर वो एक्सट्रा जुडिशियल कन्फेशन ला देंदे ने। उन्होंने साइंटिफिक एविडेंस लई बहुत घट केसां विच ये एविडेंस इकट्ठा करते हैं, तो इस और वो एविडेंस इकट्ठा करने काफ़ी मेहनत का काम होता, काफ़ी देर लगती है। जो तो देखा हो जो राजीव गांधी का मर्डर होया सी, तक साडे देश की सारी पुलिस मगर लगी हुई, उन्होंने सब तो बेस्ट ऑफिसर की टीम बनाई सी और उन्होंने कई हफ्ते लग गए सी असली मुजरम पकड़न लई। वो तो होंगी इन्वेस्टिगेशन, क्योंकि ब्लाइंड केस सी, इस विच किसी ने देखा नहीं सी, इस करके ये केस मेहनत का केस सी, तो संभावना सी कि असली मुजरम पकड़न लिए थानू कुछ टाइम लगता, कुछ देर लगती। जो इन्होंने 12 घंटे या 24 घंटे अनाउंस करता कि असं बंदे पकड़ लिया, तो सब तो पहला खतरे की घंटी बजती है, क्योंकि जी नलायक पुलिस होंगी है वो उन्होंने बड़ा प्रैशर हों कि तुसी मुजरम पकड़ो। मुजरम थानू पता कि थानू कुछ समझ नहीं आता, थानू कोई प्रोफेशनली कॉम्पिटेंस है नहीं, थोड़े हाथ आने नहीं है, फिर तुसी दूजा काम कर दियो कि किसी भी फड़ के, किसी गरीब बंदे फड़ के उन्होंने पकड़ लैन दियो। इन्होंने फड़ भी लाए, एक कहानी देनी शुरू भी कर ली, मगर इस केस विच एविडेंस कि इकट्ठा करते, क्योंकि बॉडी जल चुकी सी, इन्हों विच ब्लड सैंपल कि लेंदे, इन्हों विच DNA कि मैच करते, इन्हों विच हेयर सैंपल कि लेंदे, जिदा काथवा रेप विच उन्होंने काफ़ी हफ्तों बाद ये सबूत इकट्ठे किए। इन्हों लग्या कि जो कंट्री भी डिमांड होने लग पे कि फास्ट ट्रायल करो, इन्हों लग्या कि महीने के बाद इन्होंने तो बरी हो जाना, तो वह फिर शॉर्टकट तरीका यह है कि तुसी देश की जी गुस्से शांत करने लई किसी भी 4 बंदे गोली मार दो। सब तो वड्डी एग्जाम्पल थानू याद होएगा 2000 दे विच छत्तीसिंहपुरा दे विच कोई 36 सिंघां दे गोलियां चलाईयां सी, सिखां नू मारिया गया सी, 35 मर गए सी, एक बंदा बचा सी नानक सिंह जिहड़ा कि बड़ा वड्डा आई विटनेस बन गया सी। उहदे सारे उहने आवाज़ां सुनियां जिहड़े मारे सी, उहनां दा नाम सिंह बहादुर, वह सारे फौज दे तरीके नाल ऑपरेट कर रहे सी, गालां दे रहे सी, हिंदी विच बोल रहे सी, और जदों होया सी कोई 20 मार्च नू हादसा, और 5 दिन बाद फौज के 5-7 अफसर ने क्लेम किया कि असी 7 बंदे 5 बंदे फड़ लए ने, फॉरन मिलिटेंट सी, इस छत्तीसिंहपुरा दे विच जाके इन्होंने सिखा नू मारिया, और वो जिहड़े बंदे सी वो सी पत्रीवाल पिंड दे, और ये पत्रीवाल इनकाउंटर बाद विच पता लगा जदों लोगों ने कहा कि इहदा लोकल बंदे है, इहदा साडे मुंडे ने, उन्होंने बॉडीज़ निकाली हैं, उन्होंने DNA टेस्ट होया, पता लगा कि बाहरले बंदे से लोकल बंदे से,
और इन्होंने चुक के पुलिस ने मारता, क्योंकि सारे जम्मू कश्मीर गुस्सा से, सिखां में गुस्सा से, उन्होंने शांत कर लिया। इन्होंने 5 बंदे होर मारते जी जी। और उस तो थोड़ी देर बाद, हफ्ते बाद, जब लोगों को पता लग जाता, लोगों जो लोग प्रोटेस्ट कर रहे थे, उस प्रोटेस्ट से सीआरपीएफ फायरिंग दे 7 बंदे होर मारते, 15 होर जख्मी करते, घट्टो घट 50 बंदे मारते से पुलिस ने इस वड्डे हादसे नूं दबाउण लई। तो क्यों नहीं हो सकता, साड़ी पुलिस पंजाब विच वी कर चुकी है, साड़ी पुलिस नक्सलाइट वालों दे विच ते माओइस्ट दे खिलाफ वी कर चुकी है। ये तेलंगाना पुलिस कोई बहुत बदनाम पुलिस है फेक एनकाउंटर दे मामले, सब तो ज्यादा जजमेंट्स फेक एनकाउंटर दे सानू आंध्र प्रदेश हाई कोर्ट तो आंदी है, और आंध्रा हाई कोर्ट दे जजमेंट्स दे विच ही सुप्रीम कोर्ट ने प्रोसीजर ले डाउन कीता कि इन्हां केसां विच की होना चाहिदा है। एक एफआईआर दर्ज होना चाहिए पुलिस वालों, एक दर्ज होना चाहिए परिवार वालों कि उन्होंने मारिया 302 का। सो इस केस विच सानू सच तां जानना चाहिए, जिन्ना मर्जी माड़ा क्राइम होवे, जिन्ना मर्जी बलात्कार, तां सानू असली बंदे तां पकड़ने होने चाहिए ना। इन्हां ना होवे कि असली बंदे तां बंदे भुल जाइए, वह तो अगेन तुरे फिर होर कोई जनानी का विक्टम बने, और आप 4 बंदों गोलियां मार के हत्या करने तो बाद कह लग पी और सारा देश खुश हो जाए, इस वड्डे खतरे तो सानू बचना चाहिए। जिवें तुसीं कहा कि एक एक ये हो सकता है कि एप्रीहेंशन है कि सही मुलजिम ना ही होण, जे आपां इस मान लीए जो पुलिस का वर्जन है, जे सही मुलजिम ने वाकई वह भजना चाहते हैं, उन्होंने उस इनकाउंटर के कहें कि पुलिस के भी 2 जो मुलाजिम ने जख्मी हुए हैं, तो इफ इट इज़ अ रियल इनकाउंटर दैन ये पुलिस की थ्योरी कितने खड़ती। देखो ये कोई मिलिटेंट नहीं सी, ये कोई आर्म स्ट्रगल नहीं कर रहे, ये कोई कोई सिख ट्रेंड मिलिटेंट नहीं जिदा कहते हैं, ये कोई जम्मू कश्मीर के बाहरों ट्रेनिंग लैके पाकिस्तान तो आए बंदे नहीं, ये कोई माओइस्ट नहीं जिन्होंने हथियार चलाना सीखा है, एक आम छोटे जे लॉरी ड्राइवर से जिदा पुलिस कहती है। इन्हों हथियार देखा भी नहीं होना जिंदगी भर में, इन्हों को होने तो चाकू होने इन्हों को, और ये हथ कड़ियों में है, ये तो पुलिस कस्टडी के है। आप किन्ने फेक एनकाउंटर के केस देख चुके हैं जिथे दिखाते, और अद्धी रात को जान का मतलब है फेक एनकाउंटर। तट केस में कदों इन्होंने दिखाया से स्केप रात के 2:30-3 बजे कि असी जी रिकवरी कर गए वैपन की, ये उही गल इतने कह रहे हैं। थानू दिन में की प्रॉब्लम से, रात में तो थानू कोई सबूत भी नहीं देखेगा, दिन में तो तुम सैंपल लेने हैं, जगह के सॉयल देखनी है, ब्लड्स देखने हैं, उत्थे थानू हजार तरह के छोटी छोटिया माचसा मिल सकती हैं, सारे सबूत थानू दिन में देखने से, अद्धी रात में थानू की सबूत देखने से, कि तुसी सीन ऑफ क्राइम क्रिएट कर सकते हो, ये 100% तुसी मर्डर किया, चाहे वह असली हो तां भी मर्डर है, असली मुजरमां नूं मारना भी तो मर्डर है, उन्होंने फांसी चढ़ाना कानून के मुताबिक है, और चाहे किसी देश नूं चंगा नहीं लगेगा, बट ये सब तो वड्डी खतरा पैदा हो गया। अगे लिंचिंग होंदी सी, एक कानून की लिंचिंग है, कानून के तरीके पुलिस ने लिंचिंग की है, ये उही वड्डा क्राइम है जिदा आपां लिंचिंग करते हैं, अज्यूमिंग कि वह सच्चे बंदे पकड़े है। पहली गल तो किसी सानू यकीन नहीं आ रहा, एज अ ट्रेन लॉयर ने सानू यकीन नहीं आ रहा कि तुसी वह जी नलायक प्लेस आंध्र प्रदेश इन्नी जल्दी क्राइम सॉल्व कर लेंगे, ये औखे क्राइम होंगे है। जो जाल दे कि मुजरम पता है कि जो जाल ना सारे सबूत खत्म हो जाते हैं, सारे फोरेंसिक सबूत खत्म हो जाते हैं, इस करके तो जला रहे हैं, और उन्होंने जलाने वक्त किसी ने पकड़िया नहीं, किसी ने देखा नहीं, तुसी वो पुलिस नूं किदां एक्सपैक्ट करते हो कि तुसी 48 घंटे के अंदर अंदर मुजरम पकड़ भी ले, पूरा सीन भी क्रिएट कर लिया, फिर तुसी भी जल्दी पुलिस रिमांड नहीं ली, तुसी उन्होंने जुडिशरी च भेजता, फिर दोबारा पुलिस रिमांड ली, और फिर तुसी मारता। ये सारी जिहड़ी सरकमस्टेंशियल एविडेंस इंडीकेट करता है कि तुसी सिर्फ अपने लोगों के जिहड़े बदले की भावना, उदास होने की भावना और आउटरेज होने की सरकार के खिलाफ जिहड़ी फीलिंग होंदी है उहनूं रोकण लई तुसी ठल पाउण लई एक तो बेचारी औरत की बली चढ़ गई, 4 बंदे होर बली चढ़ गए, और देश को कभी नहीं पता लगेगा कि ना दरिंदा ने उस औरत को बलात्कार करके मारिया। जिवें तुसीं कहा कि इस किस्म का जिहड़ा इन्होंने अपना एक जो नॉन प्रोफेसनलिज्म उन्हें छुपाने लिए किया, जो लोगों का गुस्सा है, ये इतराज़ अपनी जगह पर, ये शक अपनी जगह पर, पर जो लोगों का जस्टिस को लेकर क्वेस्ट है वो अपनी थान पर जेनुअन है, तो लोगों के भी एक हैगा कि जो हिंदुस्तान का लॉ है, कानून है भारत का, वो बहुत सारे लूप होल ने, हो सकता बाद चो ये बंदे बरी हो जाते, एटलीस्ट हूँ कुछ किसी पॉइंट पर तो पहुंची है गल। क्वेस्ट होंगी है जे तुसी पुलिस को कहें कि तुसी प्रॉपरली इन्वेस्टिगेट करो, जो तुसी चंगे कॉम्बरेड अफसर की ड्यूटी लाते हो, जो तुसी इदा के औखे केस में सबूत पैदा करके कोर्ट को कन्विंस करके देश को कन्विंस करके फांसी लाते हो, वो होंगी क्वेस्ट फॉर जस्टिस। ये तो लिंचिंग क्वेस्ट है, ये तुसी क्वेस्ट को डाइवर्ट कर रहे हो, परवर्स की जिन आप कहने ना क्वेस्ट ऑफ जस्टिस जो परवर्स करता है, तो तुसी बंदा लैंदे हो, चाहे थानू नहीं फर्क पैंदा सच बंदा है, तुसी 4 बंदे नूं फांसी देके देश की आत्मा नूं शांति देती, ये कोई इंसाफ नहीं है। ये बिल्कुल जिहड़ा हुंदा ना ऑन द स्पॉट लिंच जस्टिस है, वह ही अलग हिस्सा है जी। हुण लिंचिंग लोग नहीं कर रहे,
ਤਾਂ ਪੁਲਿਸ ਕਰ ਰਹੀ ਹੈ, ਬਟ ਕਿਸੇ ਨੇ ਕੋਲ ਟਾਈਮ ਨਹੀਂ ਹੈ ਦੇਖਣ ਦਾ ਕਿ ਅਸਲੀ ਬੰਦਾ ਕੌਣ ਆ, ਇਹ ਮੁਜਰਮ ਹੈ ਕਿ ਨਹੀਂ। ਇੱਕ ਇੱਕ ਅਫਵਾਹ ਉੱਡੀ ਉੱਡੀ ਕਿ ਬੰਦੇ ਚਾਰ ਹੈ, ਇਹ ਦੇਖੇ ਗਏ ਆ, ਤਾਂ ਤੁਸੀਂ ਇਹਨਾਂ ਨੇ ਨੀਲੀਆਂ ਸ਼ਰਟ ਪਾਈਆਂ ਔਰ ਤੁਸੀਂ ਫੜ ਕੇ ਉਹਨਾਂ ਨੂੰ ਉੱਥੇ ਹੀ ਮਾਰਤਾ। ਲੋਕ ਪਿੰਡ ਵਿੱਚ ਇੱਦਾਂ ਕਰਦੇ, ਰਾਤ ਨੂੰ ਕੋਈ ਬੰਦਾ ਫੜਿਆ, ਕਿਸੇ ਨੇ ਕਿਹਾ ਚੋਰ ਕਰਦਾ, ਬੱਚੇ ਨੂੰ ਪਕੜ, ਨਾਲ ਦੇ ਨਾਲ ਤੁਸੀਂ ਮਾਰ ਦਿੰਦੇ ਹੋ। ਪੁਲਿਸ ਨੇ ਬਿਲਕੁਲ ਇਹੋ ਜਿਹਾ ਕੀਤਾ, ਇਹਨਾਂ ਨੇ ਕੋਈ ਨਹੀਂ ਦੱਸਿਆ ਦੇਸ਼ ਨੂੰ ਕਿ ਕਿਹੜਾ ਸਾਇੰਟਿਫਿਕ ਐਵੀਡੈਂਸ ਨਾਲ ਤੁਸੀਂ ਜੋੜਿਆ ਉਹਨਾਂ ਚਾਰ ਬੰਦਿਆਂ ਨੂੰ ਇਸ ਬਹੁਤ ਘਟੀਆ ਔਰ ਬਹੁਤ ਹੋਰੀਫਿਕ ਕ੍ਰਾਈਮ ਨਾਲ। ਜਿਵੇਂ ਤੁਸੀਂ ਕਿਹਾ ਕਿ ਹੋਰੀਫਿਕ ਕ੍ਰਾਈਮ ਹੈ ਪੁਲਿਸ ਵੱਲੋਂ ਜੋ ਕੀਤਾ ਗਿਆ, ਤੁਸੀਂ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਬਲਾਤਕਾਰ ਹੈ ਉਹ ਵੀ ਬੜਾ ਹੋਰੀਫਿਕ ਕ੍ਰਾਈਮ ਹੈ ਜੀ, ਔਰ ਇਸ ਲਈ ਉਸ ਤੋਂ ਡਰ ਕੇ, ਲੋਕਾਂ ਦੇ ਗੁੱਸੇ ਤੋਂ ਡਰ ਕੇ ਇਹਨਾਂ ਨੇ ਦੂਜਾ ਕ੍ਰਾਈਮ ਕੀਤਾ। ਜਿਹੜਾ ਇਹ ਹੋਰੀਫਿਕ ਕ੍ਰਾਈਮ ਹੈ, ਹਾਰਡਕੋਰ ਇੱਕ ਕ੍ਰਿਮੀਨਲ ਹੁੰਦੇ ਨੇ ਜਿਹੜੇ ਲੋਕਾਂ ਦੇ ਅੰਦਰ ਮੈਂਜਰੀ ਹੈ, ਜਿਨ੍ਹਾਂ ਨੇ ਸੁਧਰਨਾ ਹੀ ਨਹੀਂ, ਉਹਨਾਂ ਵਾਸਤੇ ਕਿਹਾ ਜਾਂਦਾ ਹੈ ਕਿ ਫਿਰ ਉਹਨਾਂ ਲਈ ਕੀ ਹੈ, ਉਹ ਉਹਨਾਂ ਨੂੰ ਪਕੜੋ ਸਹੀ, ਉਹਨਾਂ ਨੂੰ ਪਕੜਨਾ ਆਸਾਨ ਨਹੀਂ ਹੁੰਦਾ। ਹਾਰਡਕੋਰ ਕ੍ਰਿਮੀਨਲ ਤਾਂ ਆਰਗੇਨਾਈਜ਼ ਕ੍ਰਿਮੀਨਲ ਹੁੰਦੇ ਆ, ਉਹਨਾਂ ਨੂੰ ਪਕੜਨਾ ਆਸਾਨ ਨਹੀਂ ਹੁੰਦਾ, ਦਾ ਫੈਕਟ ਕਿ ਉਹਨਾਂ ਨੂੰ ਪਤਾ ਸੀ ਕਿ ਬਾਡੀ ਨੂੰ ਜਲਾਉਣਾ, ਐਵੀਡੈਂਸ ਖਤਮ ਹੁੰਦਾ, ਉਹ ਹਾਰਡਕੋਰ ਕ੍ਰਿਮੀਨਲ ਹੋਣਗੇ, ਉਹ ਬਚ ਕੇ ਲੱਗਦੇ ਨੇ। ਇਹ ਕੋਈ ਸਿੰਪਲ ਆਮ ਬੰਦੇ ਨਹੀਂ ਹੈ ਜਿਹੜੇ ਕਿ ਇੰਨਾ ਕ੍ਰਾਈਮ ਕਰਨ ਤੋਂ ਬਾਅਦ ਵੀ ਇੰਨੀ ਨਰਵ ਰੱਖਣ, ਪੈਟਰੋਲ ਕਰਕੇ ਉਹਨਾਂ ਨੂੰ ਜਲਾ ਦੇਣ ਔਰ ਫਿਰ ਸ਼ਾਂਤੀ। ਇਹ ਪਹਿਲਾ ਕ੍ਰਾਈਮ ਇਹਨਾਂ ਦਾ ਨਹੀਂ ਹੋਏਗਾ, ਨਾ ਹੀ ਆਖਰੀ ਹੋਏਗਾ। ਔਰ ਜਿਹੜਾ ਪੁਲਿਸ ਦਾ ਵਰਸ਼ ਨੇ ਕੋਈ ਸ਼ਰਾਬ ਪੀ ਰਿਹਾ ਸੀ, ਕੋਈ ਔਰਤ ਸ਼ਰਾਬੀ ਦੇ ਨੇੜੇ ਨਹੀਂ ਜਾਂਦੀ, ਘਰ ਵਿੱਚ ਜਨਾਨੀਆਂ ਵੀ ਆਦਮੀ ਦੇ ਕੋਲ ਨਹੀਂ ਜਾਂਦੀ, ਉਹਦੇ ਧੂਰੋਂ ਵੀ ਸਮੈਲ ਦੀ ਸਮੈਲ ਆ ਜਾਏ ਸ਼ਰਾਬ ਦੀ ਜੀ। ਔਰ ਤੁਸੀਂ ਸੋਚਦੇ ਕੋਈ ਚਾਰ ਸ਼ਰਾਬੀ ਜਿਹੜੇ ਚਾਰ ਬੋਤਲਾਂ ਪੀ ਰਹੇ ਨੇ, ਉਸ ਔਰਤ ਨੂੰ ਉਹਦੇ ਔਰਤ ਨੂੰ ਯਕੀਨ ਕਰੇਗੀ ਕਿ ਮੇਰਾ ਮੋਟਰਸਾਈਕਲ ਪੈਂਚਰ ਲਵਾ ਲਓ, ਉਹ ਨੇੜੇ ਨਹੀਂ ਆਏਗੀ, ਚੀਕਾਂ ਮਾਰਨ ਲੱਗ ਪਏਗੀ, ਉਹ ਹੱਥ ਵੀ ਲਾਉਣਗੇ, ਇਮੀਡੀਏਟਲੀ ਵੱਡਾ ਹਾਦਸਾ ਹੋਏਗਾ। ਇਹ ਸਾਰੀ ਸਟੋਰੀ ਮੈਨੂੰ ਬਹੁਤ ਸ਼ੱਕ ਦੇ ਦਾਇਰੇ 'ਚ ਲੱਗਦੀ ਹੈ। ਔਰ ਦੇਸ਼ ਨੂੰ ਤੁਸੀਂ ਇੱਕ ਵਾਰੀ ਹੋਰ, ਤੁਸੀਂ ਇੱਕ ਕ੍ਰਾਈਮ ਨੂੰ ਸੋਲਵ ਤਾਂ ਕੀ ਕਰਨਾ ਸੀ, ਤੁਸੀਂ ਚਾਰ ਹੋਰ ਕ੍ਰਾਈਮ ਕਰਤੇ। ਦੇਖੋ ਕਿੰਨਾ 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 ਅਪਸਾਈਡ ਡਾਊਨ ਹੋ ਗਿਆ ਸਾਡਾ ਜਸਟਿਸ ਸਿਸਟਮ। ਕਿੱਥੇ ਅਸੀਂ ਇਨਸਾਫ ਲੈਣਾ ਸੀ ਉਸ ਵਿਕਟਿਮ ਲਈ, ਕਿੱਥੇ ਅਸੀਂ ਪੁਲਿਸ ਪ੍ਰੋਸੀਜਰ ਠੀਕ ਕਰਨੇ ਸੀ ਤਾਂ ਕਿ ਕਿਸੇ ਹੋਰ ਔਰਤ ਨਾਲ ਇੱਦਾਂ ਨਾ ਹੋਵੇ, ਕਿੱਥੇ ਅਸੀਂ ਵੀਡੀਓ ਕੈਮਰੇ ਲਾਉਣੇ ਸੀ, ਲੋਕਾਂ ਦਾ ਰਿਸਪੋਂਸ ਸਿਸਟਮ ਕਰਨਾ ਸੀ ਠੀਕ, ਕਿੱਥੇ ਆਪਾਂ ਸਿਸਟਮ ਸੁਧਾਰਨਾ ਸੀ, ਕਿੱਥੇ ਹੁਣ ਤੁਸੀਂ ਚਾਰ ਪਰਿਵਾਰਾਂ ਨੂੰ ਹੋਰ ਦੁਖੀ ਕਰਦੇ। ਤੁਸੀਂ ਔਰ ਇਹ ਕਿਸੇ ਯਕੀਨ ਕਦੇ ਨਹੀਂ ਹੋਣਾ ਕਿ ਉਹ ਵਿਚਾਰੇ ਅਸਲੀ ਮੁਜਰਮ ਸੀ ਜਾਂ ਕਿਸੇ ਹੋਰ ਨੂੰ ਚੁੱਕੇ। ਜਿਵੇਂ ਤੁਸੀਂ ਲੀਗਲ ਪ੍ਰੋਸੀਜਰ ਦੀ ਗੱਲ ਕੀਤੀ, ਪੁਲਿਸ ਪ੍ਰੋਸੀਜਰ ਦੀ ਗੱਲ ਕੀਤੀ, ਤਾਂ ਜਿਵੇਂ ਲੋਕਾਂ ਦਾ ਰਿਸਪੋਂਸ ਆ ਰਿਹਾ ਵੀ ਹਾਂ ਇਹ ਬਹੁਤ ਵਧੀਆ ਹੋਇਆ ਇੱਕ ਹਿੱਸੇ ਵੱਲੋਂ, ਚਾਹੇ ਇੱਕ ਮੈਨੂਫੈਕਚਰਿੰਗ ਕੰਸੈਂਟ ਹੈ, ਮੇਰਾ ਸਵਾਲ ਇਹ ਹੈ ਕਿ ਜੋ ਜੇ ਲੋਕ ਚਾਹੁੰਦੇ ਨੇ ਕਿ ਕੁਇਕ ਹੋਣਾ ਚਾਹੀਦਾ ਸਾਰਾ ਕੁਛ, ਤਾਂ ਜਿਹੜਾ ਦੇਸ਼ ਦੇ ਵਿੱਚ ਐਸਟੈਬਲਿਸ਼ ਕ੍ਰਿਮੀਨਲ ਜਸਟਿਸ ਸਿਸਟਮ ਹੈ, ਉਹਦੇ ਲਈ ਫਿਰ ਇਹ ਕਿਸ ਕਿਸਮ ਦਾ ਨਿਸ਼ਾਨਦੇਹੀ ਹੈ? ਤੁਸੀਂ ਜੁਡੀਸ਼ਰੀ ਇਸ ਲਈ ਐਸਟੈਬਲਿਸ਼ ਕੀਤੀ ਸੀ ਕਿ ਹਰ ਚੀਜ਼ਾਂ ਮੈਜੋਰਟੀ ਨਾਲ ਡਿਸਾਈਡ ਨਹੀਂ ਹੁੰਦੀਆਂ, ਹਰ ਚੀਜ਼ਾਂ ਵੋਟਾਂ ਨਾਲ ਡਿਸਾਈਡ ਨਹੀਂ ਹੁੰਦੀਆਂ। ਇਸ ਲਈ ਲੋਕ ਚਾਹੇ ਸਾਰੇ ਦੁਨੀਆਂ ਕਵੇ ਕਿ ਇਹਨੂੰ ਫਾਂਸੀ ਦੇ ਦਿਓ, ਹੁਣੇ ਵੀ ਦੇ ਦਿਓ, ਜਦ ਤੱਕ ਤੁਹਾਡਾ ਜੁਡੀਸ਼ਲ ਪ੍ਰੋਸੈਸ ਜੁਡੀਸ਼ਲ ਤਰੀਕੇ ਨਾਲ ਤੁਸੀਂ ਐਵੀਡੈਂਸ ਪੇਸ਼ ਕਰਕੇ ਸਾਇੰਟੀਫਿਕਲੀ ਇੱਕ ਇੰਪਾਰਸ਼ਲ ਬੰਦੇ ਨੂੰ ਸਮਝਾਉਂਦੇ ਨਹੀਂ, ਕਨਵਿੰਸ ਨਹੀਂ ਕਰਦੇ ਕਿ ਇਹਨੇ ਕ੍ਰਾਈਮ ਕੀਤਾ, ਉਹ ਤੱਕ ਇਹ ਜ਼ੁਲਮ ਹੀ ਹੈ, ਉਹ ਤੱਕ ਇਹ ਜ਼ੁਲਮ ਹੀ ਹੈ। ਇਸ ਕਰਕੇ ਮੈਜੋਰਟੀ ਚਾਹੇ ਕਰੋੜਾਂ ਲੋਕ ਇਹ ਕਹਿਣ ਕਿ ਇਹ ਗਿਲਟੀ ਨੂੰ ਹੁਣੇ ਮਾਰ ਦੇ ਦਿਓ ਫਾਂਸੀ, ਉਹ ਕਾਨੂੰਨ ਦੇ ਮੁਤਾਬਿਕ ਤਾਂ ਉਹ ਇੱਕ ਹੋਰ ਕ੍ਰਾਈਮ ਰਹੇਗਾ, ਇਹ ਕੋਈ ਜੁਡੀਸ਼ੀਅਲ ਵੇ ਨਾਲ ਡੀਲਿੰਗ ਨਹੀਂ ਹੈਗਾ। ਇਸ ਕਰਕੇ ਚਾਹੇ ਮਾਇਆਵਤੀ ਕਹਿ ਰਹੀ ਹੈ, ਮਾਇਆਵਤੀ ਆਪ ਅਪਰਾਧੀ ਹੈ, ਆਪ ਕਰਪਟ ਹੈ, ਉਹਨੇ ਕੀ ਕਹਿਣਾ, ਉਹਨੇ ਕੀ ਦੱਸੇਗੀ ਕਾਨੂੰਨ ਦੀ ਪ੍ਰਕਿਰਿਆ ਕਿਆ ਹੁੰਦੀ ਹੈ। ਜਿਹੜੇ ਲੋਕ ਇਹ ਸਪੋਰਟ ਕਰ ਰਹੇ ਨੇ ਉਹ ਸਿਰਫ ਉਹਨਾਂ ਨੂੰ ਵੀ ਪਤਾ ਹੈ, ਉਹ ਆਪ ਚੀਫ ਮਿਨਿਸਟਰ ਹੈ, ਉਹਨਾਂ ਨੇ ਇਹ ਕ੍ਰਾਈਮ ਆਪ ਕੀਤੇ ਨੇ, ਉਹਨਾਂ ਨੇ ਆਪਣੇ ਅਪੋਨੈਂਟਸ ਨੂੰ ਮਰਵਾਇਆ। ਫੇਕ ਇਨਕਾਊਂਟਰ ਇਸ ਦੇਸ਼ ਵਿੱਚ ਪਹਿਲੀ ਵਾਰ ਨਹੀਂ ਹੋ ਰਿਹਾ, ਵੀਪੀ ਸਿੰਘ ਤੋਂ ਸ਼ੁਰੂ ਹੋ ਗਿਆ ਸੀ, ਬਾਦਲ ਸਾਹਿਬ ਨੇ ਵੀ ਕਰਵਾਏ 1970 ਦੇ ਵਿੱਚ। ਫੇਕ ਇਨਕਾਊਂਟਰ ਇਸ ਦੇਸ਼ ਦੀ ਪਰੰਪਰਾ ਬਣਦੀ ਜਾ ਰਹੀ ਹੈ, ਔਰ ਇਸ ਲਈ ਕਾਨੂੰਨ ਦੇ ਜਿਹਨਾਂ ਦਾ ਵਿਸ਼ਵਾਸ ਹੈ ਉਹਨਾਂ ਨੂੰ ਡਰ ਪੈਦਾ ਹੋ ਰਿਹਾ ਕਿ ਕਾਨੂੰਨ ਇੱਥੇ ਰਹੇਗਾ ਵੀ ਕਿ ਨਹੀਂ ਰਹੇਗਾ। ਜਦੋਂ ਇਹ ਫੇਕ ਇਨਕਾਊਂਟਰ ਸ਼ੁਰੂ ਕੀਤਾ ਜਾਂਦਾ, ਜਿਵੇਂ ਹੁਣ ਇਹਦੀ ਇਗਜ਼ਾਮਪਲ ਇੱਕ ਕ੍ਰਿਮੀਨਲ ਨੂੰ ਲੈ ਕੇ ਇਹਨੂੰ ਜਸਟੀਫਾਈ ਕੀਤਾ ਜਾ ਰਿਹਾ, ਤਾਂ ਆਪਾਂ ਪੰਜਾਬ 'ਚ ਵੀ ਦੇਖ ਚੁੱਕੇ ਹਾਂ, ਹੈਦਰਾਬਾਦ ਦਾ ਤੁਸੀਂ ਜ਼ਿਕਰ ਕੀਤਾ, ਜਿਵੇਂ ਆਪਾਂ ਆਜ਼ਾਦ ਦੇ ਕੇਸ 'ਚ ਦੇਖਿਆ ਕਿ ਸੁਪਰੀਮ ਕੋਰਟ ਨੇ ਕਮੈਂਟ ਦਿੱਤਾ ਸੀ ਕਿ ਰਿਪਬਲਿਕ ਕੈਨ ਨਾਟ ਕਿਲ ਇਟਸ ਓਨ ਚਿਲਡਰਨ, ਤਾਂ ਇਹ ਜਿਹੜਾ ਇਹ ਫੇਕ ਇਨਕਾਊਂਟਰ ਜਦੋਂ ਇੱਕ ਇਸ ਤਰ੍ਹਾਂ ਜਸਟੀਫਿਕੇਸ਼ਨ ਮਿਲ ਜਾਂਦੀ ਹੈ ਪੁਲਿਸ ਨੂੰ, ਤਾਂ ਫਿਰ ਅੱਗੇ ਕਿੱਥੇ ਤੱਕ ਜਾ ਸਕਦਾ? ਤੁਸੀਂ ਜੇ ਇੰਨੀ ਇਹ ਅੱਛੀ ਚੀਜ਼ ਹੈ, ਤੁਸੀਂ ਰਾਜੀਵ ਗਾਂਧੀ ਦੇ ਮਰਡਰ ਨੂੰ ਫਟਾਫਟ ਮਾਰ ਕੇ ਗੋਲੀ ਕਿਉਂ ਨਹੀਂ ਮਾਰੀ? ਇੰਦਰਾ ਗਾਂਧੀ ਲੋਕਾਂ ਲਈ ਕਿਉਂ ਟ੍ਰਾਇਲ ਕੀਤਾ? ਬਿਆਨ ਸਿੰਘ ਦਾ ਵੀ ਟ੍ਰਾਇਲ ਕਿਉਂ ਕੀਤਾ? ਉਸੇ ਦਿਨ ਗੋਲੀ ਮਾਰ ਦਿੰਦੇ, ਤੁਹਾਨੂੰ ਤਾਂ ਪਤਾ ਲੱਗ ਗਿਆ ਸੀ, ਲੋਕ ਖੁਸ਼ ਹੋ ਜਾਂਦੇ। ਇਹ ਕਿਉਂ ਨਹੀਂ ਕੀਤਾ ਗਿਆ? ਇਹ ਕਿਉਂ ਨਹੀਂ ਕੀਤਾ ਗਿਆ? ਹਾਂਜੀ, ਜੇ ਇਹੀ ਤਰੀਕਾ ਹੈ ਤਾਂ ਫਿਰ ਜਦੋਂ ਤੁਹਾਡੇ ਲੀਡਰ ਮਰਦੇ ਉਦੋਂ ਟ੍ਰਾਇਲ ਕਿਉਂ ਕਰਦੇ ਹੋ? ਕਿਉਂਕਿ ਉਦੋਂ ਤੁਸੀਂ ਜਾਣਨਾ ਚਾਹੁੰਦੇ ਕਿ ਅਸਲੀ ਬੰਦਾ ਪਕੜਾਏ। ਉਦੋਂ ਰਾਜੀਵ ਗਾਂਧੀ ਦੇ ਮਰਡਰ ਤੁਸੀਂ ਨਹੀਂ ਚਾਹੁੰਦੇ ਸੀ ਸਰਕਾਰ ਕਿ ਕੋਈ ਹੋਰ ਨੂੰ ਫੜ ਲਈਏ, ਉਹ ਚਾਹੁੰਦੇ ਸੀ ਕਿ ਇਹਨੇ ਅਸਲੀ ਮਾਰਿਆ, ਉਹਨੂੰ ਪੜੀਏ, ਉਹਨੂੰ ਜੜ ਦੇ ਵਿੱਚ ਜਾਈਏ ਤਾਂ ਕਿ ਅਸੀਂ ਪ੍ਰਸੇਫ ਹੋਈਏ। ਜੇ ਤੁਸੀਂ ਕਿਸੇ ਚਾਰ ਬੰਦਿਆਂ ਨੂੰ ਫੜ ਕੇ ਉਦੋਂ ਗੋਲੀ ਮਾਰ ਦਿੰਦੇ ਤਾਂ ਕੀ ਰਾਜੀਵ ਗਾਂਧੀ ਦੇ ਪਰਿਵਾਰ ਖੁਸ਼ ਹੋ ਜਾਂਦਾ? ਉਹ ਸੈਟਿਸਫਾਈ ਹੋ ਜਾਂਦਾ? ਉਹਨਾਂ ਨੇ ਵੀ ਇਹੀ ਸਵਾਲ ਪੈਦਾ ਕਰਨਾ ਜੋ ਅਸੀਂ ਅੱਜ ਕਰ ਰਹੇ ਹਾਂ। ਉਹਨਾਂ ਨੇ ਵੀ ਬਿਲਕੁਲ ਇਹੀ ਕਹਿਣਾ ਸੀ ਕਿ ਸਾਨੂੰ ਸ਼ੱਕ ਹੈ, ਮਗਰ ਕਿਉਂਕਿ ਉਹੀ ਸਰਕਾਰ
ਜੇ ਪੁਲਿਸ ਇੰਨੀ ਚੰਗੀ ਹੁੰਦੀ ਤਾਂ ਫਿਰ ਅਸੀਂ ਇੰਨਾ ਰੌਲਾ ਕਾਹਦਾ ਸੀ, ਫਿਰ ਅਦਾਲਤਾਂ ਦੀ ਲੋੜ ਕੀ ਸੀ? ਇਸ ਮੁਲਕ ਦੀ 70 ਸਾਲ ਦੀ ਹਿਸਟਰੀ ਇਹ ਹੈ ਕਿ ਪੁਲਿਸ ਇੱਕ ਕਰਪਟ ਫੋਰਸ ਬਣ ਚੁੱਕੀ ਹੈ, ਪੁਲਿਸ ਕੰਟਰੈਕਟ ਕਿਲਰ ਬਣ ਚੁੱਕੀ ਹੈ, ਪੁਲਿਸ ਨੇ ਅਲੱਗ ਅਲੱਗ ਦੇਸ਼ ਦੇ ਹਿੱਸਿਆਂ ਦੇ ਵਿੱਚ ਅੰਨੇ ਵਾਹ ਮਾਰੇ ਲੋਕਾਂ ਨੂੰ ਚੁੱਕ ਚੁੱਕੇ, ਜੋ ਵੀ ਚਾਹੁੰਦੀ ਹੈ ਸਰਕਾਰ ਉਹ ਕਰ ਦਿੰਦੀ ਹੈ, ਉਹਨਾਂ ਦੇ ਅਪੋਨੈਂਟਸ ਮਾਰੇ ਆ, ਓਪੋਜੀਸ਼ਨ ਲੀਡਰ ਮਾਰੇ ਆ, ਚੰਗੇ ਭਲੇ ਇੰਟਲੈਕਚੁਅਲ ਨੂੰ ਮਾਰੇ ਆ, ਐਮਰਜੈਂਸੀ ਵਿੱਚ ਰਾਜਨ ਦਾ ਸਟੂਡੈਂਟ 20-30 ਸਾਲ ਬਾਅਦ ਲੱਗਿਆ ਕਿ ਪੁਲਿਸ ਕਾਂਸਟੇਬਲ ਦੱਸਿਆ ਕਿ ਅਸੀਂ ਮਾਰਿਆ, ਤਾਂ ਕਿਤੇ ਉਸ ਉਹਨੂੰ ਸਜ਼ਾ ਬਾਅਦ ਚ ਹੋਈ DGP ਵਾਲੇ ਲੈਵਲ ਦੇ ਬੰਦੇ ਜੀ ਜੀ। ਸੋ ਸਾਡੇ ਮੁਲਕ ਵਿੱਚ ਇਹ ਕਹਿਣਾ ਕਿ ਪੁਲਿਸ ਜੋ ਕਰਦੇ ਉਹਨੂੰ ਟਰੱਸਟ ਕਰ ਲਓ, ਇਹ ਬਿਲਕੁਲ ਬੇਵਕੂਫ ਬਣਨ ਦੀ, ਮੂਰਖ ਬਣਨ ਦੀ। ਜਿਵੇਂ ਆਪਾਂ ਦੇਖਿਆ ਕਿ ਪ੍ਰਕਾਸ਼ ਸਿੰਘ ਵਰਸਿਸ ਸਟੇਟ ਆਫ UP ਵਾਲੇ ਕੇਸ ਦੇ ਵਿੱਚ ਪੁਲਿਸ ਰਿਫੋਰਮਸ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹ ਜਿਹੜਾ ਸਾਰਾ ਪੁਲਿਸ ਦਾ ਜਿਹੜਾ ਟ੍ਰੇਨਿੰਗ ਦਾ ਪ੍ਰੋਸੈਸ ਹੈ ਉਹਦੇ ਲਿਹਾਜ਼ ਨਾਲ ਇਹ ਇਨਕਾਊਂਟਰ ਦੀ ਜਿਹੜੀ ਪ੍ਰੈਕਟਿਸ ਹੈ ਅਤੇ ਜੋ ਵਰਕਿੰਗ ਪ੍ਰੋਫੈਸ਼ਨਲਿਜ਼ਮ ਦੇ ਲਿਹਾਜ਼ ਨਾਲ ਇਹ ਕਿੱਥੇ ਖੜਦੀ ਹੈ? ਇਹ ਪ੍ਰੈਕਟਿਸ ਤਾਂ ਕੰਪਲੀਟਲੀ ਕਾਨੂੰਨ ਪਰਮਿਟ ਨਹੀਂ ਕਰਦਾ ਜੀ, ਔਰ ਕਾਮਨ ਸੈਂਸ ਵੀ ਪਰਮਿਟ ਨਹੀਂ ਕਰਦੇ। ਕਾਮਨ ਸੈਂਸ ਇਹ ਕਦੇ ਨਹੀਂ ਐਕਸੈਪਟ ਕਰੇਗੀ ਕਿ 4 ਨਿਹੱਥੇ ਬੰਦੇ ਪੁਲਿਸ ਕਸਟਡੀ ਦੇ ਵਿੱਚ, ਜਿਹੜੇ ਕਿ ਇੱਕ ਆਮ ਟਰੱਕ ਡਰਾਈਵਰ ਹੈ ਜਿਨ੍ਹਾਂ ਨੇ ਚਾਹੇ ਬਲਾਤਕਾਰ ਕੀਤਾ ਚਾਹੇ ਜਲਾ ਕੇ ਮਾਰਤਾ, ਬਟ ਉਹਨਾਂ ਨੂੰ ਕੋਈ ਥਾਰਨ ਦੀ ਟ੍ਰੇਨਿੰਗ ਨਹੀਂ ਹੈ, ਉਹ ਕੋਈ ਦੂਸਰੇ ਕੰਟਰੀ ਤੋਂ ਟ੍ਰੇਨਡ ਟੈਰੋਰਿਸਟ ਨਹੀਂ ਹੈ ਜਿਹੜੇ ਕਿ ਪੁਲਿਸ ਫੋਰਸ ਦੇ ਉੱਤੇ ਅਟੈਕ ਕਰਕੇ ਉਹਨਾਂ ਨੂੰ ਮਾਰ ਦਿੰਦੇ। ਤੁਸੀਂ ਇਸ ਕਰਕੇ ਜੇ ਇੱਕ ਜ਼ਖਮੀ ਹੁੰਦਾ ਸਮਝ ਆਉਂਦਾ, ਜੋ ਭੱਜਣ ਦੀ ਕੋਸ਼ਿਸ਼ ਕਰਕੇ ਇੱਕ ਬੰਦਾ ਮਰ ਜਾਂਦਾ, 3 ਵੱਜ ਜਾਂਦੇ ਤਾਂ ਵੀ ਸਮਝ ਆਉਂਦਾ, ਮਗਰ ਇਹ ਕਹਿਣਾ ਕਿ ਚਾਰੋ ਦੇ ਚਾਰੋ ਮਰ ਗਏ ਔਰ ਕੁਛ ਵੀ ਨਹੀਂ ਹੋਇਆ ਕਿਸੇ ਫੋਰਸ ਨੂੰ, ਔਰ ਜੇ ਉਹਨਾਂ ਦੇ ਮਾਂ ਆਪ ਹੀ ਗੋਲੀ ਮਾਰਦੇ ਸੀ, ਇੰਨਾ ਆਪਾਂ ਬਾਰ ਬਾਰ ਇਹ ਕਹਾਣੀ ਬਾਰ ਬਾਰ ਦੇਖ ਚੁੱਕੇ ਹਾਂ। ਇਸ ਕਹਾਣੀ ਵਿੱਚ ਐਜ਼ ਆ ਟ੍ਰੇਨ ਲਾਇਰ ਤਾਂ ਬਿਲਕੁਲ ਯਕੀਨ ਨਹੀਂ ਆਉਂਦਾ। ਤੁਸੀਂ ਪਹਿਲਾਂ ਮੱਧ ਪ੍ਰਦੇਸ਼ ਇੱਦਾਂ ਦੇ ਮਾਰੇ ਸੀ ਜੇਲ੍ਹਾਂ ਤੋਂ ਲੈ ਕੇ, ਉਦੋਂ ਤਾਂ ਤੁਸੀਂ ਉਹਨਾਂ ਨੂੰ ਮਾਰਨਾ ਚਾਹੁੰਦੇ ਸੀ ਲੋਕ, ਤੁਸੀਂ ਉਹਨਾਂ ਨੂੰ ਮੁਸਲਿਮ ਕਹਿਤਾ ਤਾਂ ਦੇਸ਼ ਨੇ ਕੋਈ ਰੌਲਾ ਨਹੀਂ ਪਾਇਆ, ਹੁਣ ਇਹਨਾਂ ਨੂੰ ਰੇਪਿਸਟ ਕਹਿਤਾ ਪਹਿਲਾਂ ਤੁਸੀਂ ਕਹਿੰਦੇ ਸੀ ਖਾਲਿਸਤਾਨ ਤਾਂ ਦੇਸ਼ ਨੇ ਰੌਲਾ ਨਹੀਂ ਪਾਇਆ। ਦੇਸ਼ ਦੀ ਕੌਂਸ਼ੀਅਸ ਤਾਂ ਜਿਹੜੀ ਕਰਾਊਡ ਦੀ ਕੌਂਸ਼ੀਅਸਨੈਸ, ਉਹ ਕਦੀ ਇਨਲਾਈਟਨ ਕੌਂਸ਼ੀਅਸਨੈਸ ਨਹੀਂ ਹੁੰਦੀ, ਉਹ ਕਰਾਊਡ ਦੀ ਕੌਂਸ਼ੀਅਸਨੈਸ ਹਮੇਸ਼ਾ ਐਨੀਮਲ ਲੈਵਲ 'ਤੇ ਪਹੁੰਚ ਜਾਂਦੀ ਹੈ। ਉਹਨਾਂ ਨੂੰ ਇਮੀਜੀਏਟਲੀ ਖੂਨ ਚਾਹੀਦਾ, ਉਹਨਾਂ ਨੂੰ ਚਾਹੀਦਾ ਇਮੀਜੀਏਟਲੀ ਤੁਸੀਂ 4 ਬੰਦਿਆਂ ਨੂੰ ਫੜ ਕੇ ਲਿੰਚ ਕਰਾਂਗੇ ਤਾਂ ਸਾਨੂੰ ਇਸ ਤਾਂ ਹੀ ਸ਼ਾਂਤ ਹੋਵਾਂਗੇ, ਬਟ ਨਾ ਇਹ ਇਨਸਾਫ ਹੈ, ਨਾ ਇਹ ਇਨਸਾਫ ਦੀ ਭਾਸ਼ਾ, ਨਾ ਇਹ ਕਾਨੂੰਨ ਦੇ ਮੁਤਾਬਿਕ ਦੇਸ਼ ਚਲਾਉਣ ਦੀ ਕੋਈ ਅੱਛੀ ਪ੍ਰਕਿਰਿਆ। ਤਾਂ ਫਿਰ ਜੋ ਹੁਣ ਇਹ ਵੂਮੈਨ ਵਾਇਲੈਂਸ ਦੇ ਜਿਹੜੇ ਇਸ਼ੂਜ਼ ਨੇ ਜਾਂ ਜਿਹੜੇ ਇੰਸੀਡੈਂਟ ਸਾਰੇ ਪਿੱਛੇ ਲੱਗ ਗਏ, ਇਹ ਚਲੇ ਗਏ, ਹਾਂ ਇਹ ਸਾਡੇ ਸਾਹਮਣੇ ਖੜੇ ਨੇ, ਅਤੇ ਫਿਰ ਇਹਦਾ ਹੱਲ ਕਾਨੂੰਨ ਦੇ ਵਿੱਚ ਹੈ, ਇਹਦਾ ਸਹਾਲ ਇਨਕਾਊਂਟਰ ਦੇ ਵਿੱਚ ਹੈ, ਇਹਦਾ ਹੱਲ ਕਿਹਦੇ ਵਿੱਚ ਹੈ? ਬਾਰ ਬਾਰ ਉਹ ਕਹਿੰਦੇ ਆ ਕਿ ਫਾਂਸੀ ਲਾਉਣ ਨਾਲ ਵੀ ਕ੍ਰਾਈਮ ਨਹੀਂ ਰੁਕਦਾ, ਕਿਉਂਕਿ ਫਾਂਸੀ ਤਾਂ ਪਹਿਲੇ ਸੁਸਾਇਟੀ 100 ਸਾਲ ਪਹਿਲਾਂ ਬਹੁਤ ਜ਼ਿਆਦਾ ਲਾਉਂਦੀਆਂ ਸੀ। ਤੁਸੀਂ ਹਮੇਸ਼ਾ ਹਰ ਰਾਜਾ ਮਾੜੇ ਕ੍ਰਾਈਮ 'ਤੇ ਫਾਂਸੀ ਲਾ ਜਾਂਦਾ ਸੀ, ਉਹਦਾ ਕ੍ਰਾਈਮ ਨਹੀਂ ਰੁਕਿਆ, ਕ੍ਰਾਈਮ ਉਦੋਂ ਰੁਕਣਾ ਸ਼ੁਰੂ ਹੋਇਆ ਜਦੋਂ ਕਿ ਮਾਡਰਨ ਮੈਥਡ ਨਾਲ ਤੁਸੀਂ ਠੀਕ ਬੰਦੇ ਨੂੰ ਪਹਿਲਾਂ ਤਾਂ ਪਕੜਦੇ ਹੋ, ਫਿਰ ਉਸ ਬੰਦੇ ਨੂੰ ਹਮੇਸ਼ਾ ਆਮ ਜਨਤਾ ਨੂੰ ਵਿਸ਼ਵਾਸ ਹੁੰਦਾ ਕਿ ਜੇ ਤੁਸੀਂ ਕ੍ਰਾਈਮ ਕੀਤਾ ਤੁਸੀਂ ਬਚ ਨਹੀਂ ਸਕਦੇ, ਤੁਸੀਂ ਜੱਜ ਇੱਦਾਂ ਦੇ ਹੈ ਕਿ ਉਹ ਡਰਾਈਵ ਨਹੀਂ ਲੈਣਗੇ, ਪੁਲਿਸ ਅਫਸਰ ਇੱਦਾਂ ਦੇ ਹੈ ਕਿ ਕਿਸੇ ਇਨਫਲੂਐਂਸ ਤੋਂ ਬਗੈਰ ਉਹ ਪਕੜਨਗੇ, ਜਦੋਂ ਇਹ ਵਿਸ਼ਵਾਸ ਹੋਣ ਲੱਗ ਪੈਂਦਾ ਸਭ ਨੂੰ, ਫਿਰ ਕਿਤੇ ਇਨਸਾਫ ਵਾਲਾ ਆਪਾਂ ਚੱਲਦੇ ਨੇ, ਫਿਰ ਕ੍ਰਿਮੀਨਲ ਨੂੰ ਡਰ ਲੱਗਦਾ ਕਿ ਜੇ ਅਸੀਂ ਕੀਤਾ ਤਾਂ ਪਕੜੇ ਜ਼ਰੂਰ ਜਾਵਾਂਗੇ, ਜੇ ਪਕੜੇ ਜਾਵਾਂਗੇ ਤਾਂ ਸਜ਼ਾ ਜ਼ਰੂਰ ਹੋਏਗੀ, ਸਜ਼ਾ ਜ਼ਰੂਰ ਹੋਏਗੀ ਤਾਂ ਫਿਰ ਉਹਦੀ ਇੰਪਲੀਮੈਂਟੇਸ਼ਨ ਹੋਏਗੀ, ਜਦੋਂ ਇਹ ਵਿਸ਼ਵਾਸ ਪੈਦਾ ਹੋ ਜਾਂਦਾ ਸਾਰੀ ਪਾਪੂਲੇਸ਼ਨ ਵਿੱਚ, ਤਾਂ ਕਿਤੇ ਕ੍ਰਾਈਮ ਘਟਣਾ ਸ਼ੁਰੂ ਹੁੰਦਾ। ਸਿਰਫ ਇਹ ਕਹਿ ਕੇ ਕਿ 4 ਮਾਰਤੇ 5 ਮਾਰਤੇ ਇੰਨਾ ਕ੍ਰਾਈਮ ਨਹੀਂ ਘਟਦਾ, ਇਹਦੇ ਨਾਲ ਤਾਂ ਜ਼ਿਆਦਾ ਕ੍ਰਿਮੀਨਲ ਨੂੰ ਪਤਾ ਲੱਗ ਜਾਂਦਾ ਕਿ ਇਹ ਤਾਂ ਬੇਵਕੂਫ ਹੈ, ਇਹਨਾਂ ਨੂੰ ਬੇਵਕੂਫ ਬਣਾਉਣਾ ਬਹੁਤ ਆਸਾਨ ਹੈ, ਤੁਸੀਂ ਕਿਸੇ ਦੇ ਸ਼ੱਕ ਪਾ ਦਿਓ, ਇਹਨਾਂ ਨੇ 4 ਦਿਨਾਂ ਨੂੰ ਮਾਰ ਦੇਣਾ, ਆਪਾਂ ਹਮੇਸ਼ਾ ਸੇਫ ਹੈ। ਕ੍ਰਿਮੀਨਲ ਨੂੰ ਇਹ ਲੱਗੇਗਾ ਕਿ ਆਪਾਂ ਥੋੜ੍ਹੇ ਚਲਾਕੀ ਵਰਤੀਏ ਅਤੇ ਪੁਲਿਸ ਤਾਂ ਬੇਵਕੂਫ ਹੈ, ਹਮੇਸ਼ਾ ਪੁੱਠੇ ਬੰਦੇ ਨੂੰ ਪਕੜ ਲੈਂਦੀ, ਉਹਨਾਂ ਨੂੰ ਫਾਂਸੀ ਦੇ ਦੇਗੀ, ਸਾਡੇ ਵੱਲ ਕੋਈ ਝਾਕੇਗਾ ਨਹੀਂ। ਹੁਣ ਲੋੜ ਇਹ ਹੈ ਕਿ ਸਾਨੂੰ ਇੱਦਾਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣੀ ਚਾਹੀਦੀ ਹੈ, ਜਿਹੜਾ ਓਰਿਜਨਲ ਕ੍ਰਾਈਮ ਵੀ ਦੇਖੇ, ਚੈੱਕ ਕਰੇ ਕਿ ਵਾਕਿਆ ਹੀ 4 ਬੰਦੇ ਸੀ, ਦੂਜਾ ਕ੍ਰਾਈਮ ਵੀ ਦੇਖੇ ਕਿ ਇਹਨਾਂ ਨੂੰ ਮਾਰਿਆ ਕਿਵੇਂ ਹੈ, ਕਿਵੇਂ ਮਾਰਿਆ, ਕਿਉਂ ਪੁਲਿਸ ਫੋਰਸ ਨੇ ਇੱਦਾਂ ਕੀਤਾ, ਇਹ ਸਾਰਿਆਂ ਨੂੰ ਤੁਸੀਂ ਦੇਖਾਂਗੇ। ਔਰ ਜਿਹੜੇ ਸਟੇਟ ਪੁਲਿਸ ਦੇ ਕੰਟਰੋਲ ਵਿੱਚ ਨਾ ਹੋਣ, ਫਿਰ ਤੁਹਾਨੂੰ ਪਤਾ ਲੱਗਿਆ ਕਿ ਕਿਹਨੇ ਆਰਡਰ ਦਿੱਤਾ, ਕਿਹੜੇ DGP ਨੇ ਤਰੀਕਾ ਸੋਚਿਆ, ਕਿਹੜੇ ਚੀਫ ਮਿਨਿਸਟਰ ਨੇ ਸੋਚਿਆ, ਕਿਹੜੇ ਹੋਮ ਮਿਨਿਸਟਰ ਨੇ ਆਰਡਰ ਦਿੱਤਾ, ਤਾਂ ਕਿ ਸਾਰੇ ਹੀ ਗਿਲਟੀ ਹੈ। ਤੁਸੀਂ ਵੂਮੈਨ ਦੀ ਪ੍ਰੋਟੈਕਸ਼ਨ ਬਜਾਉਣ ਦੀ ਬਜਾਏ ਤੁਸੀਂ ਦੇਸ਼ ਵਿੱਚ ਇੱਕ ਅਰਾਜਕਤਾ ਫੈਲਾ ਰਹੇ ਹੋ, ਤੁਸੀਂ ਕਾਨੂੰਨ ਛੱਡ ਰਹੇ ਹੋ, ਤੁਸੀਂ ਸੰਵਿਧਾਨ ਦੀ ਫੋਲੋ ਦਾ ਕੀ ਕਰਨਾ, ਤੁਸੀਂ ਕਾਨੂੰਨ ਨੂੰ ਵੀ ਛੱਡ ਰਹੇ ਹੋ, ਜਿਹੜਾ ਬੇਸਿਕ ਲਾਅ ਦੀ ਵਾਇਲੇਸ਼ਨ ਕਰ ਰਹੇ ਹੋ, ਔਰ ਆਪ ਕ੍ਰਿਮੀਨਲ ਬਣਦੇ ਜਾ ਰਹੇ ਹੋ। ਤਾਂ ਜਿਵੇਂ ਇਹ ਇੱਕ ਪੱਖ, ਮੇਰਾ ਲਾਸਟ ਸਵਾਲ ਹੈ ਕਿ ਜੋ ਸਮਾਜ ਹੈ, ਸਮਾਜ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕ ਸੈਲੀਬ੍ਰੇਟ ਕਰ ਰਹੇ ਨੇ ਇਸ ਨੂੰ, ਤਾਂ ਇੱਕ ਸਮਾਜ ਦੇ ਤੌਰ 'ਤੇ ਜਿਹੜੀ ਤੁਸੀਂ ਕਿਹਾ ਕਿ ਜਿਹੜੀ ਮਾਸ ਕੌਨਸ਼ੀਅਸਨੈਸ ਹੈ ਉਹ ਐਨੀਮਲ ਲੈਵਲ 'ਤੇ ਵੀ ਕਈ ਵਾਰੀ ਪਹੁੰਚ ਜਾਂਦੀ ਹੈ, ਤਾਂ ਹੁਣ ਸਮਾਜ ਦੇ ਤੌਰ 'ਤੇ ਜੋ ਭਾਰਤੀ ਸਮਾਜ ਦੀ ਜਿਹੜੀ ਚੇਤਨਾ ਹੈ, ਤੁਸੀਂ ਉਹਨੂੰ ਕਿੱਥੇ ਖੜੀ ਦੇਖਦੇ ਹੋ? ਚੇਤਨਾ ਤਾਂ ਬਹੁਤ ਬਹੁਤ ਹਾਲਾਤਾਂ 'ਤੇ ਲੀਡਰਸ਼ਿਪ 'ਤੇ ਡਿਪੈਂਡ ਕਰ, ਤੁਸੀਂ ਚੇਤਨਾ ਜਿਹੜੇ ਮਾਸ ਨੂੰ ਕਿੱਧਰਲੇ ਪਾਸੇ ਚਲਾਉਂਦੇ ਉਸ 'ਤੇ ਡਿਪੈਂਡ ਕਰਦੀ ਹੈ। ਜੇ ਤੁਸੀਂ ਚੇਤਨਾ ਹਿੰਦੂ ਮੁਸਲਿਮ ਦੇ ਪਾ ਦੋਗੇ ਤਾਂ ਉੱਥੇ ਰੋਇਟਸ ਹੋ ਜਾਣਗੇ, ਤੁਸੀਂ ਚੇਤਨਾ ਇਹਨਾਂ ਚੱਕਰਾਂ 'ਚ
तो इस करके टीवी चैनल इस करके जिहड़े कानून दे जिहड़े हैगे है दसदे जिहड़े कानून नूं प्रैक्टिस करदे है जजेस लॉयर ते बड़ी वड्डी जिम्मेवारी है कि सारे लोकां नूं समझाउण कि इह कोई तरीका नहीं है। इहदे नाल किसे देश ने कदी क्राइम खत्म नहीं किया, इहदे नाल कदी भी बलात्कार खत्म नहीं होणगे इस मुल्क विच। इह तरीका इन्ना शॉर्टकट है कि एक वड्डे क्राइम नूं जन्म दे रहा है। धन्यवाद बहुत बहुत। ये सन राजविंदर सिंह बैंस जिन्होंने कहा कि जो हैदराबाद की पुलिस के वालों कथित इनकाउंटर किया गया वो एक बहुत माड़ी नज़ीर है कानून के लिहाज न जो इतने प्रोसीजर अस्टैबलिश किया गया लॉ के वालों उसकी सीधी वॉयलेशन है। इस दे नाल जो वूमेन वॉयलेंस दियां घटनावां ने उसनू नत्थ पै जाएगी। अजिही इतिहास इस गल की गवाही नहीं भरता। तो उन्हों का यह कहना है कि जो वाकई सरकार इस गल लई संजीदा है कि जो वूमेन वॉयलेंस दियां घटनावां ने उसनू रोकिया जाए तो जो सही जो क्रिमिनल प्रोसीजर है इन्वेस्टिगेशन दा उसनू फॉलो करके ते सही जुडिशल सिस्टम नू फॉलो करके जिहड़ा हैगा ये जिहड़े क्राइम्स ने वूमेन दे अगेंस्ट इन्हां नू रोकिया जा सकदा। साथियों आप सभी ने देखा होगा ना जो वकीलों ने बात की आपस में दोनों ने, इन्होंने जो बहुत सारे जो खड़े किए हैं कि भाई बिना पुलिस के पास में ऐसा हक है ही नहीं कि वो दूसरों का एनकाउंटर कर सके, मतलब बिना उसके एनकाउंटर कर सके, वो गोली मार सकती है नीचे मार सकती है। लेकिन दूसरी बात उसमें इसमें इतनी जल्दबाजी में क्यों इन्होंने एनकाउंटर किया, हो सकता है कि ये जो मारे गए हैं लोग जो बच्चे मारे गए हैं हो सकता है बेगुनाह हो। लेकिन जो इन्होंने बताया है वकीलों ने दोनों ने कि जो हो सकता है कि जो असली गुंडे थे जिन्होंने वो काम किया है जिसको जिन्होंने हत्या की है लड़की या बलात्कार किया है उसमें जलाकर मार दिया उसको, उन्होंने सबूत छोड़ा ही नहीं पीछे कुछ भी, तो उन्होंने उनको कैसे पता लगा इसके। तो जो संतोष साहू जी ने बताया इसमें देखा आप सुना आप उसने सुना है उन्होंने बताया कि जो इसमें हो सकता है कि जो मतलब इनके जो खेल रचा है उन्होंने, तो ये जो मानवता का जो घाण हो रहा है इसकी वो एक जो अभी जो बताया इन्होंने क्या नाम जो वकील बात कर रहे थे आपस में, इन्होंने यहाँ तक बताया है कि पूरा भारत नहीं पूरा वर्ल्ड भी ये पूरा विश्व भी एक तरफ हो जाए उसके हक में, भाई इसको मार दो फिर भी कानून उसको मारने की इजाज़त नहीं देता, तो एक कानून की बात कर रहे हैं। तो ये जो उसमें हत्याकांड हुआ है जो उसमें गोलीकांड हुआ है या मर्डर हुआ है ये मर्डर कह सकते हैं इसको, बिना पूछ पड़ताल के बिना उसके उनके पास में हथियार कैसे है, तो उनको उन्होंने इसमें जो कांड किया है ये जो बहुत दर्दनाक है। और ये जो उन्होंने आने वाले वक्त में क्या होगा ये तो रवि जानता है, लेकिन ऐसा बिल्कुल ये हमारे हिसाब से मर्डर जो हुआ है ये मर्डर किया उन्होंने, एनकाउंटर नहीं था। एनकाउंटर तो इनको पता ही नहीं एनकाउंटर क्या होता है। एनकाउंटर जब होता है कि वो दोनों आपस में गुट हथियारबंद लड़ रहे हैं आपस में और दोनों एक दूसरे को मार रहा हूँ तो पुलिस वाले एक भी ना मरा हो, और एनकाउंटर ये कहे का एनकाउंटर ये फेक एनकाउंटर है। तो हम वॉइस ऑफ मानव के जरिए सभी की आवाज़ उठा रहे हैं, तो जिन जिन ने हमें ओपिनियन दिया इसमें हमने आपके सामने दिया दिखा दिया है, तो हम उम्मीद करते हैं कि आप सभी के सभी भी अपना इसमें वीडियो के नीचे कॉमेंट दें ताकि हम आप सभी को ये इस बारे में दिखा सकें, भाई बताएं कि अपना ओपिनियन ताकि आने वाली वीडियो हम बात कर सकें। तो जो भी आपने इसमें कमेंट किए हैं थैंक यू सभी का। और हमारा चैनल है वॉइस ऑफ मानवता टीवी का, जो वॉइस ऑफ मानवता टीवी का पेज भी है और वॉइस ऑफ मानवता का हमारा यूट्यूब चैनल भी है, तो उसको सब्सक्राइब करें। और उम्मीद करते हैं आप सभी के सभी हम सच के साथ में हैं और सच जहाँ तक है हम बोलेंगे और बोलते रहेंगे, क्योंकि गुरु नानक साहब की वाणी है कि नानक आख सच की वाणी सच सुनाई सी सच की वेला। हमारा मकसद सच बोलने का है। तो आओ थैंक यू। हम जो देखा आपने तो वीडियो में ये इसका आप स्क्रीन पर लगातार देख रहे हैं, तो ये जो चल रहा है सारा सिस्टम कानून के धज्जियाँ उड़ा रहे हैं पुलिस वाले हों, और ये इन्होंने जो वकीलों ने बोला है कि 70 साल में इन्होंने पुलिस वालों ने इतना निकम्मापन दिखाया है, और आंध्र प्रदेश की या हैदराबाद जो हैदराबाद की प्रदेश की जो पुलिस है ये बिल्कुल निकम्मी और बिल्कुल फेक एनकाउंटर करते हैं। तो ये इनकी बात पे यकीन करना एक मूर्खता होगी, तो इनकी बात पे यकीन ना कीजिए और हमारा फर्ज था कि आपके सामने सच रखना। तो थैंक यू सबका जिन्होंने कमेंट किया, उम्मीद करते हैं आप सभी के सभी सच से जुड़ेंगे। वॉइस ऑफ मानवता आपका अपना टीवी लाइक करें पेज को। थैंक यू। वाहेगुरु जी का खालसा वाहेगुरु जी की फतेह।